ਹਾਂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਪ੍ਰੋਫੈਸਰ ਗਗਨ ਤੁਹਾਡੇ ਸਾਹਮਣੇ ਤੁਹਾਡਾ 5ਵਾਂ ਲੈਕਚਰ ਜਾਵਾ ਪ੍ਰੋਗਰਾਮਿੰਗ ਦਾ ਬੇਟਾ ਲੈ ਕੇ ਹਾਜ਼ਰ ਆ। ਠੀਕ ਹੈ ਜੀ, ਅੱਜ ਆਪਾਂ ਜੋ ਜਾਵਾ ਪ੍ਰੋਗਰਾਮਿੰਗ ਦਾ ਲੈਕਚਰ ਇੱਥੇ ਕਰ ਰਹੇ ਹਾਂ ਬੇਟਾ, ਇਹ ਫਸਟ ਪਾਰਟ ਕਰਾਂਗੇ ਜਾਵਾ ਪ੍ਰੋਗਰਾਮਿੰਗ ਦਾ ਬੇਟਾ, ਫਸਟ ਪਾਰਟ ਹੈ। ਠੀਕ ਹੈ ਜੀ, ਜਿਸ ਦੇ ਵਿੱਚ ਮੈਂ ਕੰਟੈਂਟ ਜਿਹੜੇ ਦਿੱਤੇ ਹੈਗੇ ਬੇਟਾ, ਉਹ ਹੈਗੇ ਆਪਣੇ ਕੋਲੇ ਲੂਪਸ ਬਾਰੇ, ਜਾਵਾ ਲੂਪ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ ਜੀ, ਜਾਵਾ ਲੂਪ ਜਿਹੜੇ ਹੈਗੇ ਆ ਆਪਣੇ ਕੋਲ ਬਹੁਤ ਸਾਰੇ ਲੂਪ ਅਵੇਲੇਬਲ ਹੈ, ਲਾਈਕ ਫੋਰ ਲੂਪ ਹੈ ਜੋ ਕਿ ਬਹੁਤ ਸਾਰੇ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹੈ। ਠੀਕ ਹੈ ਜੀ, ਵਾਈਲ ਲੂਪ ਹੈ, ਡੂ ਵਾਈਲ ਲੂਪ ਹੈ, ਫਿਰ ਉਸਦੀਆਂ ਕੰਟਰੋਲ ਸਟੇਟਮੈਂਟਸ ਹੈ, ਬ੍ਰੇਕ ਤੇ ਕੰਟੀਨਿਊ। ਤਾਂ ਇਹਨਾਂ ਚੀਜ਼ਾਂ ਬਾਰੇ ਆਪਾਂ ਗੱਲ ਕਰਨੀ ਹੈ, ਬਟ ਇਹ ਪਾਰਟ 1 ਹੈ। ਤਾਂ ਸਿਰਫ ਮੈਂ ਫੋਰ ਲੂਪ ਅਤੇ ਉਹਦੇ ਡਿਫਰੈਂਟ ਡਿਫਰੈਂਟ ਟਾਈਪਸ ਬਾਰੇ ਤੁਹਾਨੂੰ ਦੱਸਾਂਗੀ। ਤਾਂ ਆਈ ਥਿੰਕ ਤੁਸੀਂ ਫੋਰ ਲੂਪ ਸਭ ਨੇ ਸੁਣਿਆ। ਇਸ ਤੋਂ ਬਾਅਦ ਇੱਕ ਹੈ ਬੇਟਾ ਫੋਰ ਈਚ ਲੂਪ। ਠੀਕ ਹੈ, ਫੋਰ ਈਚ ਲੂਪ ਹੈ, ਆਪਣੇ ਕੋਲ ਇਨਫਾਈਨਟ ਲੂਪ ਹੈ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਦੇ ਲੂਪ ਵੀ ਹੈਗੇ ਆ ਜਿਹੜੇ ਆਪਾਂ ਪਹਿਲਾਂ ਆਈ ਥਿੰਕ ਬਹੁਤ ਘੱਟ ਬੱਚਿਆਂ ਨੇ ਕੀਤੇ ਆ। ਬੇਸਿਕਲੀ ਆਪਾਂ ਫੋਰ ਵਾਈਲ ਅਤੇ ਡੂ ਵਾਈਲ ਲੂਪ ਹੀ ਕਰਦੇ ਹਾਂ। ਸਭ ਤੋਂ ਪਹਿਲਾਂ ਲੂਪ ਕਰਨ ਦੇ ਲਈ ਬੇਟਾ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਲੂਪ ਯੂਜ਼ ਕਿਉਂ ਕਰਦੇ ਹਾਂ। ਤਾਂ ਆਪਾਂ ਤੁਸੀਂ ਦੇਖਿਆ ਹੋਊਗਾ, ਸਿੰਪਲ ਇੱਕ ਪ੍ਰੋਗਰਾਮ ਲੈਂਦੇ ਹਾਂ। ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਕੀ ਕਰਦੇ ਹਾਂ, ਹਮੇਸ਼ਾ ਆਪਾਂ ਨੋਟ ਪੜ੍ਹ ਲੈਂਦੇ ਹਾਂ ਜੀ। ਆਪਾਂ ਸਿੰਪਲ ਇੱਕ ਸਟੇਟਮੈਂਟ ਪ੍ਰਿੰਟ ਕਰਾਉਣੇ ਆ। ਮੰਨ ਲਓ, ਲਓ ਜੀ ਮੈਂ ਤੁਹਾਡੇ ਸਾਹਮਣੇ ਲੈ ਰਹੀ ਹਾਂ ਜਿਵੇਂ ਕਲਾਸ ਏ ਲਈ। ਠੀਕ ਹੈ ਜੀ, ਤਾਂ ਇਸਦੇ ਅੰਦਰ ਮੇਨ ਫੰਕਸ਼ਨ ਲਿਆ ਪਬਲਿਕ ਸਟੈਟਿਕ ਵੋਇਡ ਮੇਨ ਸਟ੍ਰਿੰਗ ਆਫ, ਲਓ ਜੀ ਅਰੇ। ਹਾਂਜੀ, ਇਸਦੇ ਅੰਦਰ ਜਦੋਂ ਵੀ ਆਪਾਂ ਕੋਈ ਸਟੇਟਮੈਂਟ ਪ੍ਰਿੰਟ ਕਰਾਉਣੀ ਹੈ ਬੇਟਾ, ਆਪਾਂ ਸਿਸਟਮ ਡੋਟ ਆਊਟ ਡੋਟ ਪ੍ਰਿੰਟ ਲਾਈਨ ਲਿਖਦੇ ਹਾਂ। ਠੀਕ ਹੈ ਜੀ, ਲਾਈਕ ਹੈਲੋ। ਦੇਖੋ, ਅਗਰ ਤੁਸੀਂ ਇਹ ਸਿੰਪਲ ਸਟੇਟਮੈਂਟ ਪ੍ਰਿੰਟ ਕਰਾਉਣੀ ਹੈ ਤਾਂ ਬਹੁਤ ਈਜ਼ੀ ਹੈ ਪ੍ਰਿੰਟ ਕਰਾਉਣਾ, ਪਰ ਜੇ ਇਹੀ ਸਟੇਟਮੈਂਟ ਤੁਸੀਂ 100 ਟਾਈਮਸ, 1000 ਟਾਈਮਸ, ਠੀਕ ਹੈ ਮਨ ਮਿਲੀਅਨਸ ਟਾਈਮ ਇਹ ਪ੍ਰਿੰਟ ਕਰਵਾਉਣਾ ਹੈ, ਤਾਂ ਕੀ ਉਹ ਤੁਸੀਂ ਵਾਰ ਵਾਰ ਇਸਨੂੰ ਸਿਸਟਮ ਆਊਟ ਆਫ ਪ੍ਰਿੰਟ ਲਾਈਨ ਲਿਖੋਗੇ? ਨਹੀਂ ਨਾ। ਤਾਂ ਇਸ ਦੇ ਲਈ ਆਪਾਂ ਲਗਾਉਣਾ ਬੇਟਾ ਲੂਪ। ਠੀਕ ਹੈ, ਜਿਹੜਾ ਕੀ ਕਰਦਾ ਤੇ ਇਹ ਕੀ ਕਰੇਗਾ, ਉਹ ਲੂਪ ਕੀ ਕਰੇਗਾ ਕਿ ਉਹ ਵਾਰ 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 ਕੀ ਕਰ ਰਿਹਾ ਹੈਗਾ, ਇੱਕੋ ਹੀ ਤੁਹਾਡੇ ਜਿਹੜੇ ਹੈਗਾ ਸਟੇਟਮੈਂਟ ਨੂੰ ਕੀ ਤੁਹਾਡਾ ਜਿਹੜਾ ਹੈਗਾ ਲੂਪ ਹੈ ਉਹ ਕਾਲ ਕਰਦਾ ਰਹੇਗਾ, ਤੇ ਮਲਟੀਪਲ ਸਟੇਟਮੈਂਟਸ ਜਿਹੜੀਆਂ ਹੈਗੀਆਂ ਉਹ ਪ੍ਰਿੰਟ ਹੁੰਦੀਆਂ ਰਹਿਣਗੀਆਂ। ਠੀਕ ਹੈ ਜੀ, ਤਾਂ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ, ਲੂਪਸ ਇਨ ਜਾਵਾ। ਹਾਂਜੀ, ਇਨ ਪ੍ਰੋਗਰਾਮਿੰਗ ਲੈਂਗੁਏਜ ਲੂਪਸ ਆਰ ਯੂਜ਼ ਟੂ ਐਗਜੀਕਿਊਟ ਏ ਸੈਟ ਆਫ ਇੰਸਟਰਕਸ਼ਨਸ, ਨੋਟ ਅ ਸਿੰਗਲ ਇੰਸਟਰਕਸ਼ਨ ਬੇਟਾ। ਠੀਕ ਹੈ, ਇੱਥੇ ਕੀ ਕਹਿ ਰਹੇ ਹਾਂ, ਸੈਟ ਆਫ ਇੰਸਟਰਕਸ਼ਨਸ, ਮਲਟੀਪਲ ਇੰਸਟਰਕਸ਼ਨਸ ਨੂੰ ਆਪਾਂ ਕੀ ਕਰਦੇ ਹਾਂ ਰਿਪੀਟਡਲੀ, ਠੀਕ ਹੈ ਜੀ, ਐਗਜੀਕਿਊਟ ਕਰਦੇ ਹਾਂ। ਤਾਂ ਆਪਣੇ ਕੋਲ ਕੀ ਉਹਦੇ ਲਈ ਸਮ ਕੰਡੀਸ਼ਨਸ ਲਗਾਈਆਂ ਜਾਂਦੀਆਂ, ਤਾਂ ਉਹ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿੱਦਾਂ ਆਪਾਂ ਉਹਨੂੰ ਇਨੀਸ਼ਲਾਈਜ਼ ਕਰਦੇ ਹਾਂ, ਕਿੱਦਾਂ ਉਹਦਾ ਇੰਕਰੀਮੈਂਟ ਡਿਕਰੀਮੈਂਟ ਕਿੱਦਾਂ ਕੰਪੇਅਰ ਕਰਦੇ ਹਾਂ, ਉਹ ਸਾਰਾ ਤੁਹਾਨੂੰ ਅੱਗੇ ਆਏਗਾ। ਬੇਸਿਕਲੀ ਜਿਹੜੇ ਲੂਪ ਹੈ ਬੇਟਾ ਆਪਾਂ ਪੜ੍ਹਦੇ ਹਾਂ, ਫੋਰ ਲੂਪ ਹੈ, ਵਾਈਲ ਲੂਪ ਹੈ, ਡੂ ਵਾਈਲ ਲੂਪ ਹੈ। ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚ ਡਿਫਰੈਂਸ ਸਮਝੋ ਕੀ ਹੁੰਦਾ ਹੈ। ਫੋਰ ਲੂਪ ਕੀ ਕਰੇਗਾ, ਫੋਰ ਲੂਪ ਇੱਕ ਸਿੰਪਲ ਲੂਪ ਹੈ ਬੇਟਾ। ਠੀਕ ਹੈ, ਦ ਜਾਵਾ ਫੋਰ ਲੂਪ ਇਜ਼ ਯੂਜ਼ ਟੂ ਇਟਰੇਟ ਏ ਪਾਰਟ ਆਫ ਪ੍ਰੋਗਰਾਮ ਸੈਵਰਲ ਟਾਈਮਸ। ਠੀਕ ਹੈ ਜੀ, ਇੱਕ ਸਿੰਗਲ ਪਾਰਟ ਆਫ ਪ੍ਰੋਗਰਾਮ ਨੂੰ ਸੈਵਰਲ ਟਾਈਮਸ ਇਹ ਕੀ ਕਰੇਗਾ, ਤੁਹਾਡਾ ਇਟਰੇਟ ਮਤਲਬ ਘੁੰਮਾਉਂਦਾ ਰਹੇਗਾ, ਉਸਨੂੰ ਰਿਪੀਟ ਕਰਦਾ ਰਹੇਗਾ। ਠੀਕ ਹੈ, ਇਫ ਦਾ ਨੰਬਰ ਆਫ ਇਟਰੇਸ਼ਨ ਇਜ਼ ਫਿਕਸਡ, ਇਟ ਇਜ਼
ਰਿਕਮੈਂਡਡ ਟੂ ਯੂਜ਼ ਫੋਰ ਲੂਪ, ਠੀਕ ਹੈ ਜੀ। ਹਾਂਜੀ, ਜੇ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਵੀ ਤੁਸੀਂ ਜਿਹੜੀ ਇਟਰੇਸ਼ਨਸ ਜਿਹੜੀਆਂ ਹੈਗੀਆਂ, ਜਿਵੇਂ ਤੁਸੀਂ ਉਹਨੂੰ 5 ਵਾਰੀ ਚਲਾਉਣਾ ਹੈ, 10 ਵਾਰੀ ਚਲਾਉਣਾ ਹੈ, 20 ਵਾਰੀ ਚਲਾਉਣਾ ਹੈ, ਅਗਰ ਤੁਹਾਡੇ ਕੋਲ ਫਾਈਨਲ ਡਿਸੀਜਨ ਹੈ ਕਿ ਸਾਡੀ ਜਿਹੜੀ ਇਟਰੇਸ਼ਨ ਹੈ 1 ਤੋਂ ਸ਼ੁਰੂ ਹੋਵੇ, 10 ਤੱਕ ਜਾਵੇ, 100 ਤੱਕ ਜਾਵੇ, ਤੁਹਾਡੇ ਕੋਲ ਉਹਦੀ ਵੈਲਿਊ ਹੈ ਐਗਜੈਕਟ, ਠੀਕ ਹੈ, ਫਿਕਸ ਵੈਲਿਊ ਹੈ, ਤਾਂ ਤੁਸੀਂ ਫੋਰ ਲੂਪ ਜਿਹੜਾ ਹੈਗਾ ਯੂਜ਼ ਕਰ ਸਕਦੇ ਹੋ, ਠੀਕ ਹੈ ਜੀ। ਸੈਕਿੰਡ ਹੈ ਬੇਟਾ ਵਾਈਲ ਲੂਪ। ਵਾਈਲ ਲੂਪ ਦੇ ਵਿੱਚ ਕੀ ਹੋਏਗਾ ਕਿ ਇਹ ਲੂਪ ਦਾ ਕੰਮ ਬੇਟਾ ਸੇਮ ਹੀ ਹੈ, ਇਹਨੇ ਵੀ ਸੈਵਰਲ ਟਾਈਮ ਤੁਹਾਡੇ ਜਿਹੜਾ ਹੈਗਾ ਪ੍ਰੋਗਰਾਮ ਦੇ ਇੱਕ ਪਾਰਟ ਨੂੰ ਚਲਾਉਣਾ ਹੈ, ਬਟ ਇਸ ਦੇ ਵਿੱਚ ਕੀ ਹੋਊਗਾ ਵਾਈਲ, ਠੀਕ ਹੈ। ਵਾਈਲ ਕੀ ਇੱਕ ਤਰ੍ਹਾਂ ਦੀ ਕੰਡੀਸ਼ਨ ਹੈ, ਠੀਕ ਹੈ ਜੀ। ਵਾਈਲ ਲੂਪ ਕੀ ਕਰੇਗਾ, ਇਸ ਵਾਈਲ ਲੂਪ ਇਜ਼ ਯੂਜ਼ ਟੂ ਇਟਰੇਟ ਏ ਪਾਰਟ ਆਫ ਪ੍ਰੋਗਰਾਮ ਸੈਵਰਲ ਟਾਈਮਸ ਇਫ ਦਾ ਨੰਬਰ ਆਫ ਇਟਰੇਸ਼ਨ ਇਜ਼ ਨਾਟ ਫਿਕਸਡ, ਠੀਕ ਹੈ। ਇਟ ਇਜ਼ ਰਿਕਮੈਂਡਡ ਟੂ ਯੂਜ਼ ਦਾ ਵਾਈਲ ਲੂਪ। ਦੇਖੋ, ਇਸ ਦੇ ਵਿੱਚ ਆਪਣੀਆਂ ਇਟਰੇਸ਼ਨ ਫਿਕਸ ਸੀਗੀਆਂ ਵੀ ਇੰਨੀਆਂ ਚਲਾਉਣੀਆਂ, ਠੀਕ ਹੈ ਜੀ। ਇਹਦੇ ਵਿੱਚ ਆਪਣੀਆਂ ਇਟਰੇਸ਼ਨ ਜਿਹੜੀਆਂ ਫਿਕਸ ਨਹੀਂ ਹੈਗੀਆਂ, ਕਿੰਨੀਆਂ ਚਲਾਉਣੀਆਂ ਆਈ ਡੋਂਟ ਨੋ, ਠੀਕ ਹੈ। ਬਟ ਵਾਈਲ ਲੂਪ ਕੀ ਕਰਦਾ ਹੈ, ਦੇਖੋ, ਇੱਕ ਹੈ ਡੂ ਵਾਈਲ ਲੂਪ, ਠੀਕ ਹੈ। ਵਾਈਲ ਲੂਪ ਜਿਹੜਾ ਪਹਿਲਾਂ ਕੰਡੀਸ਼ਨ ਚੈੱਕ ਕਰਦਾ, ਠੀਕ ਹੈ, ਫਿਰ ਇਹ ਰਨ ਕਰੇਗਾ। ਜੇ ਕੰਡੀਸ਼ਨ ਟਰੂ ਹੈ ਤਾਂ ਇਹ ਤੁਹਾਡੀ ਜਿਹੜੀ ਸਟੇਟਮੈਂਟ ਪ੍ਰਿੰਟ ਕਰਾ ਦੇਗਾ, ਅਗਰ ਫਾਲਸ ਹੈ ਤਾਂ ਉਹ ਕੀ ਹੈ ਤੁਹਾਡਾ ਜਿਹੜੀਆਂ ਹੈਗੇ ਆ ਕੰਟਰੋਲ ਤੋਂ ਜਿਹੜਾ ਉਹ ਆਪਾਂ ਕੀ ਹੁੰਦਾ ਲੂਪ ਐਗਜ਼ਿਟ ਹੋ ਜਾਂਦਾ, ਠੀਕ ਹੈ ਜੀ। ਤਾਂ ਜਿਹੜਾ ਡੂ ਵਾਈਲ ਲੂਪ ਹੈ ਤਾਂ ਉਸਦਾ ਮਤਲਬ ਹੁੰਦਾ ਡੂ, ਇੱਕ ਵਾਰ ਕਰਨਾ, ਇੱਕ ਵਾਰ ਤੁਹਾਡੀ ਸਟੇਟਮੈਂਟ ਪ੍ਰਿੰਟ ਕਰਾਏਗਾ, ਫਿਰ ਇਸ ਤੋਂ ਬਾਅਦ ਕੀ ਹੋਏਗਾ ਕੰਡੀਸ਼ਨ ਚੈੱਕ ਕਰੇਗਾ, ਅਗਰ ਕੰਡੀਸ਼ਨ ਫਾਲਸ ਹੋ ਜਾਂਦੀ ਐਗਜ਼ਿਟ ਹੋ ਜਾਂਦਾ, ਅਗਰ ਕੰਡੀਸ਼ਨ ਟਰੂ ਹੋ ਜਾਂਦੀ ਹੈ ਤਾਂ ਰਨ ਕਰ ਦੇਗਾ ਵੈਲਿਊ, ਠੀਕ ਹੈ ਜੀ। ਇਹ ਡੂ ਵਾਈਲ ਲੂਪ ਹੈ। ਹਾਂਜੀ, ਹੁਣ ਆਪਾਂ ਡੂ ਵਾਈਲ ਲੂਪ ਕੀ ਕਰਦਾ ਹੈ, ਡੂ ਵਾਈਲ ਲੂਪ ਇਜ਼ ਯੂਜ਼ ਟੂ ਇਟਰੇਟ ਏ ਪਾਰਟ ਆਫ ਪ੍ਰੋਗਰਾਮ ਸੈਵਰਲ ਟਾਈਮਸ, ਯੂਜ਼ ਇਟ ਇਫ ਦਾ ਨੰਬਰ ਆਫ ਇਟਰੇਸ਼ਨ ਇਜ਼ ਨਾਟ ਫਿਕਸਡ ਐਂਡ ਯੂ ਮਸਟ ਹੈਵ ਟੂ ਐਗਜੀਕਿਊਟ ਦਾ ਲੂਪ ਐਟ ਲੀਸਟ ਵੰਸ, ਮਤਲਬ ਘੱਟੋ ਘੱਟ ਇੱਕ ਵਾਰੀ ਤੁਸੀਂ ਐਗਜੀਕਿਊਟ ਕਰਨਾ। ਮੈਂ ਤੁਹਾਨੂੰ ਦੱਸਿਆ ਇੱਕ ਵਾਰੀ ਇਹ ਐਗਜੀਕਿਊਟ ਕਰੇਗਾ, ਠੀਕ ਹੈ ਜੀ, ਇਸ ਤੋਂ ਬਾਅਦ ਕੰਡੀਸ਼ਨ ਚੈੱਕ ਕਰੇਗਾ, ਤਾਂ ਦਿਸ ਇਜ਼ ਡੂ ਵਾਈਲ ਲੂਪ, ਠੀਕ ਹੈ ਜੀ। ਇਹ ਤਾਂ ਬੇਸਿਕ ਹੈ ਬੇਟਾ, ਇਸ ਤੋਂ ਬਾਅਦ ਆਪਾਂ ਇਹਨੂੰ ਵਨ ਬਾਏ ਵਨ ਕਰਾਂਗੇ। ਤਾਂ ਹੁਣ ਲੂਪ ਦੇ ਲਈ ਜਿਹੜਾ ਹੈਗਾ ਫੋਰ ਲੂਪ ਦੇ ਲਈ ਸਿੰਟੈਕਸ ਜਿਹੜਾ ਹੈਗਾ, ਦੇਖੋ ਅਸੀਂ ਫੋਰ ਲਗਾਉਣੇ ਆ, ਠੀਕ ਹੈ ਜੀ। ਜਿਹੜੀਆਂ ਰਾਉਂਡ ਬ੍ਰੇਸਿਸ ਹੈ ਇਹਦੇ ਵਿੱਚ ਆਪਣੇ ਕੋਲ 3 ਚੀਜ਼ਾਂ ਆਉਂਦੀਆਂ। ਫਸਟ ਹੈਗਾ ਬੇਟਾ ਇਨੀਸ਼ੀਅਲਾਈਜੇਸ਼ਨ, ਕਿ ਵੇਰੀਏਬਲ ਇਨੀਸ਼ੀਅਲਾਈਜ਼ ਤੁਸੀਂ ਕਿਵੇਂ ਕਰਦੇ ਹੋ। ਸੈਕਿੰਡ ਹੈ ਬੇਟਾ ਕੰਡੀਸ਼ਨ, ਇਸਨੂੰ ਚੈੱਕ ਕਰੋਗੇ ਕਿ ਉਹ ਲੈਸ ਦੈਨ ਕਿੰਨੋ ਤੱਕ ਹੈ, ਲਾਸਟ ਉਹਦੀ ਫਾਈਨਲ ਪੋਜੀਸ਼ਨ ਜਿਹੜੀ ਹੈ ਉਹ 5 ਤੱਕ ਜਾਣਾ ਚਾਹੀਦਾ ਹੈ, ਇਕੁਅਲ ਟੂ 10 ਹੋਣਾ ਚਾਹੀਦਾ ਹੈ, ਕੀ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਇੰਕਰੀਮੈਂਟ ਕਰਨਾ ਚਾਹੁੰਦੇ ਹੋ ਜਾਂ ਡਿਕਰੀਮੈਂਟ ਕਰਨਾ ਚਾਹੁੰਦੇ ਹੋ, ਠੀਕ ਹੈ। ਲੂਪ ਤੁਸੀਂ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਾਉਣਾ ਜਾਂ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਾਉਣਾ, ਉਹ ਤੁਹਾਡੇ 'ਤੇ ਡਿਪੈਂਡ ਕਰੇਗਾ। ਤਾਂ ਇਹ ਤੁਹਾਡਾ ਹੈਗਾ ਕੋਡ ਦਾ ਐਗਜੀਕਿਊਸ਼ਨ ਪਾਰਟ ਬ੍ਰੇਸਿਸ ਦੇ ਅੰਦਰ, ਠੀਕ ਹੈ ਜੀ। ਨੈਕਸਟ ਹੈਗਾ ਵਾਈਲ ਲੂਪ। ਵਾਈਲ ਦੇ ਵਿੱਚ ਪਹਿਲਾਂ ਕੰਡੀਸ਼ਨ ਚੈੱਕ ਹੁੰਦੀ ਹੈ ਬੇਟਾ, ਇਸ ਤੋਂ ਬਾਅਦ ਉਹਦਾ ਜਿਹੜਾ ਕੋਡ ਐਗਜੀਕਿਊਟ ਹੁੰਦਾ। ਔਰ ਡੂ ਵਾਈਲ ਦੇ ਵਿੱਚ ਕੀ ਹੋਏਗਾ, ਇੱਕ ਵਾਰੀ ਕੋਡ ਰਨ ਕਰੇਗਾ, ਇਸ ਤੋਂ ਬਾਅਦ ਕੀ ਕਰੇਗਾ ਕੰਡੀਸ਼ਨ ਚੈੱਕ ਕਰੇਗਾ, ਠੀਕ ਹੈ ਜੀ। ਨਾਓ ਲੈਟ ਅਸ ਸਟਾਰਟ ਵਿਦ ਦਾ ਫੋਰ ਲੂਪ। ਹਾਂਜੀ ਹਾਂਜੀ ਗਾਇਸ, ਦੇਖੋ ਇਹ ਜੋ ਹੈ ਆਪਣੇ ਕੋਲ ਫੋਰ ਲੂਪ ਹੈ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਕਿ ਅਗਰ ਸੈਟ ਆਫ ਇੰਸਟਰਕਸ਼ਨ ਤੁਸੀਂ ਐਗਜੀਕਿਊਟ ਕਰਨੀ ਹੈ, ਠੀਕ ਹੈ ਜੀ, ਮਲਟੀਪਲ ਇਟਰੇਸ਼ਨ ਜਿਹੜੀਆਂ ਆਪਾਂ ਯੂਜ਼ ਕਰਾਂਗੇ, ਬਟ ਤੁਹਾਡੇ ਕੋਲ ਜਿਹੜੀ ਹੈਗੀ ਹੈ ਐਂਡ ਵੈਲਿਊ ਫਿਕਸ ਹੋਣੀ ਚਾਹੀਦੀ ਹੈ ਕਿ ਤੁਸੀਂ ਕਿੰਨੀਆਂ ਚਲਾਉਣੀਆਂ, ਠੀਕ ਹੈ, ਉਸ ਨੂੰ ਆਪਾਂ ਬੋਲਦੇ ਹਾਂ ਫੋਰ ਲੂਪ, ਠੀਕ ਹੈ ਜੀ। ਫੋਰ ਲੂਪ ਜਿਹੜਾ 3 ਪਾਰਟਸ ਵਿੱਚ ਆਪਾਂ ਡਿਵਾਈਡ ਕੀਤਾ ਹੈ, ਸਿੰਪਲ ਫੋਰ ਲੂਪ ਹੈ, ਠੀਕ ਹੈ ਜੀ, ਫੋਰ ਈਚ ਲੂਪ ਹੈ ਆਪਣੇ ਕੋਲ, ਅਤੇ ਇੱਕ ਹੈ ਲੇਬਲਡ ਫੋਰ ਲੂਪ। ਇਸ ਤੋਂ ਬਿਨਾਂ ਇੱਕ ਬੇਟਾ ਆਪਣੇ ਕੋਲ ਹੈ ਜਾਵਾ ਦੇ ਵਿੱਚ ਹੈਗਾ, ਸੋਰੀ, ਜਿਹੜਾ ਹੈ ਇਨਫਾਈਨਟ ਲੂਪ, ਠੀਕ ਹੈ, ਤੁਸੀਂ ਕਿਸੇ ਵੀ ਉਸ ਤੋਂ ਚਲਾ ਸਕਦੇ ਹੋ ਇਨਫਾਈਨਟ ਲੂਪ। ਤਾਂ ਹੁਣ ਆਪਾਂ ਅੱਗੇ ਦੇਖਦੇ ਹਾਂ, ਸਭ ਤੋਂ ਪਹਿਲਾਂ ਹੈ ਫੋਰ ਲੂਪ। ਫੋਰ ਲੂਪ ਦੇ ਵਿੱਚ 3 ਪਾਰਟ ਹੁੰਦੇ ਆ ਬੇਟਾ, ਠੀਕ ਹੈ। ਤਾਂ ਪਹਿਲੀ ਹੋ ਗਈ ਇਨੀਸ਼ੀਅਲਾਈਜੇਸ਼ਨ। ਇਨੀਸ਼ੀਅਲਾਈਜੇਸ਼ਨ ਦਾ ਮਤਲਬ ਕੀ ਹੁੰਦਾ,
ਆਪਾਂ ਗੱਲ ਕਰੀਏ, ਜਿੱਦਾਂ ਆਪਾਂ ਕੋਈ ਪ੍ਰੋਗਰਾਮ ਕਰਦੇ ਹਾਂ ਬੇਟਾ, ਲਓ ਜੀ ਆਪਾਂ ਸਟਾਰਟ ਕਰਕੇ ਦੇਖਦੇ ਹਾਂ। ਲਾਈਕ ਆਪਾਂ ਸਿੰਟੈਕਸ ਲੈ ਰਹੇ ਹਾਂ ਫੋਰ ਲੂਪ ਦੇ ਲਈ, ਇੱਥੇ ਆਪਾਂ ਆਈ ਇਜ ਇਕੁਅਲ ਟੂ 0 ਲਿਖਿਆ ਕਿ ਸਾਡਾ ਆਈ 0 ਤੋਂ ਸਟਾਰਟ ਹੋਵੇ, ਆਈ ਲੈਸ ਦੈਨ ਇਕੁਅਲ ਟੂ 10 ਤੱਕ ਜਾਵੇ, ਆਈ ਪਲੱਸ ਪਲੱਸ ਹੁੰਦਾ ਜਾਵੇ, ਠੀਕ ਹੈ ਜੀ, ਇੰਕਰੀਮੈਂਟ। ਤਾਂ ਇਸ ਕੰਡੀਸ਼ਨ ਦਾ ਮਤਲਬ ਕੀ ਹੈ ਬੇਟਾ? ਦੇਖੋ ਪਹਿਲਾਂ ਇਨੀਸ਼ੀਅਲਾਈਜੇਸ਼ਨ ਹੈ। ਅਗਰ ਮੈਂ ਸਿੰਪਲ ਲਿਖਦੀ ਹਾਂ ਬੇਟਾ ਇੰਟ ਏ, ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਇਹ ਵੇਰੀਏਬਲ ਹੈ, ਇਹ ਡਿਕਲੇਅਰ ਕੀਤਾ ਗਿਆ, ਹਜੇ ਇਨੀਸ਼ੀਅਲਾਈਜ਼ ਨਹੀਂ ਹੋਇਆ, ਇਹਨੂੰ ਮੈਮਰੀ ਅਲੋਕੇਟ ਨਹੀਂ ਹੋਈ। ਬਟ ਜਦੋਂ ਹੀ ਇਹਦੀ ਵੈਲਿਊ ਤੁਸੀਂ ਲਿਖ ਦਿੰਦੇ ਹੋ, ਕੋਈ ਨਾ ਕੋਈ ਵੈਲਿਊ ਦੇ ਦਿੰਦੇ ਹੋ, ਤਾਂ ਇਹਨੂੰ ਕੀ ਹੈ ਮੈਮਰੀ ਅਲੋਕੇਟ ਹੋ ਜਾਂਦੀ ਹੈ, ਇਨੀਸ਼ੀਅਲਾਈਜ਼ ਹੋ ਜਾਂਦਾ। ਤਾਂ ਦਿਸ ਇਜ਼ ਦਾ ਪਾਰਟ ਆਫ ਇਨੀਸ਼ੀਅਲਾਈਜੇਸ਼ਨ, ਠੀਕ ਹੈ ਜੀ। ਸੈਮੀ ਕੋਲਮ ਦੇ ਨਾਲ ਇਹ ਪਾਰਟ ਜਿਹੜਾ ਅਲੱਗ ਹੋ ਰਿਹਾ। ਸੈਕਿੰਡ ਕੀ ਹੈ ਆਪਣੇ ਕੋਲ? ਕੰਡੀਸ਼ਨਲ ਪਾਰਟ ਹੈ। ਕੰਡੀਸ਼ਨਲ ਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਵੀ ਜਿਹੜਾ ਜਿਹੜੇ ਆਈ ਦੀ ਵੈਲਿਊ ਤੁਸੀਂ ਸਟਾਰਟ ਕੀਤੀ ਹੈ ਉਹ ਲੈਸ ਦੈਨ ਇਕੁਅਲ ਟੂ, ਮਤਲਬ ਕਿੱਥੋਂ ਸ਼ੁਰੂ ਹੋਵੇ ਅਤੇ ਕਿੱਥੋਂ ਤੱਕ ਜਾਵੇ, ਇਹ ਕੰਪੈਰੀਜ਼ਨ ਹੁੰਦਾ, ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਹੈ ਇੰਕਰੀਮੈਂਟ ਆਪਰੇਟਰ ਜਾਂ ਡਿਕਰੀਮੈਂਟ, ਇੱਥੇ ਆਪਾਂ ਲਗਾਉਣੇ ਆ, ਤਾਂ ਇਹ ਹੋਏਗਾ ਤੁਹਾਡਾ ਅਕੋਰਡਿੰਗ ਟੂ ਤੁਹਾਡੀ ਕੰਡੀਸ਼ਨ, ਇਹ ਇੰਕਰੀਮੈਂਟ ਹੋਏਗਾ ਜਾਂ ਡਿਕਰੀਮੈਂਟ ਹੋਏਗਾ, ਠੀਕ ਹੈ ਜੀ। ਇਸ ਬਾਰੇ ਪੜ੍ਹਦੇ ਹਾਂ ਆਪਾਂ। ਹਾਂਜੀ, ਫਸਟ ਇਨੀਸ਼ੀਅਲਾਈਜੇਸ਼ਨ ਹੈ ਬੇਟਾ, ਸਮਝ ਗਏ ਹੋਵੋਗੇ ਤੁਸੀਂ ਚੰਗੀ ਤਰ੍ਹਾਂ, ਵੇਰੀਏਬਲ ਇਨੀਸ਼ੀਅਲਾਈਜ਼ ਕਰਤਾ। ਇਸ ਤੋਂ ਬਾਅਦ ਕੰਡੀਸ਼ਨ ਚੈੱਕ ਕਰਵਾਈਏ, ਕੰਡੀਸ਼ਨ ਟਰੂ ਹੈ ਜਾਂ ਫਾਲਸ ਹੈ। ਅਗਰ ਟਰੂ ਹੈ ਤਾਂ ਬੇਟਾ ਰਨ ਕਰੇਗਾ, ਜੋ ਫਾਲਸ ਕੰਡੀਸ਼ਨ ਹੋ ਰਹੀ ਹੈ ਤਾਂ ਉਹ ਐਗਜ਼ਿਟ ਕਰ ਜਾਂਦਾ। ਨੈਕਸਟ ਬੇਟਾ, ਇਸ ਤੋਂ ਬਾਅਦ ਹੈ ਆਪਣੇ ਕੋਲ ਇੰਕਰੀਮੈਂਟ ਡਿਕਰੀਮੈਂਟ, ਠੀਕ ਹੈ ਜੀ। ਬਟ ਉਸ ਤੋਂ ਪਹਿਲਾਂ ਆਉਂਦੀ ਹੈ ਸਟੇਟਮੈਂਟ, ਜਿਹੜੀ ਆ ਬ੍ਰੇਸਿਸ ਹੈ ਬੇਟਾ, ਉਹ ਸਟੇਟਮੈਂਟ ਦੇ ਉਹਦੇ ਅੰਦਰ ਆਪਾਂ ਸਟੇਟਮੈਂਟ ਲਿਖਦੇ ਹਾਂ। ਲਾਈਕ ਇਹਦੇ ਅੰਦਰ ਅਗਰ ਆਪਾਂ ਗੱਲ ਕਰੀਏ ਤਾਂ ਇੱਦਾਂ ਕਰਕੇ ਆਪਾਂ ਕੀ ਕਰਦੇ ਹਾਂ, ਸਟੇਟਮੈਂਟ ਦੇ ਦਿੰਦੇ ਹਾਂ ਸਿਸਟਮ, ਠੀਕ ਹੈ ਜੀ, ਕੈਪੀਟਲ ਸਿਸਟਮ ਡੋਟ ਆਊਟ ਡੋਟ ਪ੍ਰਿੰਟ ਲਾਈਨ, ਜਿੱਦਾਂ ਮੈਂ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ ਇਹ, ਠੀਕ ਹੈ ਜੀ। ਹੈਲੋ, ਤਾਂ ਹੁਣ ਉਹਨੇ ਆਈ 0 ਜਦੋਂ ਹੋ ਗਿਆ, ਠੀਕ ਹੈ ਜੀ, ਆਈ ਚੈੱਕ ਕਰੇਗਾ 0 ਇਜ਼ ਲੈਸ ਦੈਨ ਇਕੁਅਲ ਟੂ 10, ਓਬਵੀਅਸਲੀ ਛੋਟੀ ਹੈ 0 10 ਤੋਂ, ਫਿਰ ਉਹਨੇ ਸਟੇਟਮੈਂਟ ਪ੍ਰਿੰਟ ਕਰਾ ਦੇਣੀ ਹੈ ਹੈਲੋ, ਠੀਕ ਹੈ ਜੀ। ਫਿਰ ਉਹ ਚੈੱਕ ਕਰੇਗਾ ਤੁਹਾਡੇ ਇੰਕਰੀਮੈਂਟ ਡਿਕਰੀਮੈਂਟ ਆਪਰੇਟਰ ਲਈ ਕਿ ਇੰਕਰੀਮੈਂਟ ਹੋ ਰਿਹਾ, ਨੈਕਸਟ ਆਈ ਦੀ ਵੈਲਿਊ 0 ਤੋਂ ਵੱਧ ਕੇ ਕਿੰਨੀ ਹੋ ਗਈ ਹੈ, 1 ਹੋ ਚੁੱਕੀ ਹੈ, ਫਿਰ 1 ਦੇ ਲਈ ਪ੍ਰਿੰਟ ਕਰਾਏਗਾ, 2 ਲਈ ਕਰਾਏਗਾ, ਅਤੇ ਕਦੋਂ ਤੱਕ ਕਰਾਏਗਾ, ਜਦੋਂ ਤੱਕ ਵੈਲਿਊ ਇਕੁਅਲ ਟੂ 10 ਨਹੀਂ ਹੋ ਜਾਂਦੀ, ਠੀਕ ਹੈ ਜੀ। ਤਾਂ ਮਲਟੀਪਲ ਟਾਈਮਸ ਤੁਹਾਡੀ ਜਿਹੜੀ ਹੈਗੀ ਹੈ ਹੈਲੋ ਜਿਹੜਾ ਹੈਗਾ ਪ੍ਰਿੰਟ ਹੋਏਗਾ। ਆਈ ਥਿੰਕ ਬੱਚਿਆਂ ਨੂੰ ਕਲੀਅਰ ਹੋ ਗਿਆ ਹੋਏਗਾ, ਫਿਰ ਵੀ ਨਾ ਹੋਇਆ ਤਾਂ ਬੇਟਾ ਕਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਠੀਕ ਹੈ ਜੀ। ਇਹ ਹੈਗਾ ਆਪਣੇ ਕੋਲ ਜਾਵਾ ਫੋਰ ਲੂਪ। ਤਾਂ ਹੁਣ ਇਹ ਇਹਦਾ ਸਿੰਟੈਕਸ ਹੈ, ਕਿੱਦਾਂ ਇਨੀਸ਼ੀਅਲਾਈਜੇਸ਼ਨ ਪਾਰਟ ਹੈ ਬੇਟਾ, ਸੈਕਿੰਡ ਕੰਡੀਸ਼ਨਲ, ਥਰਡ ਹੈ ਇੰਕਰੀਮੈਂਟ ਡਿਕਰੀਮੈਂਟ, ਠੀਕ ਹੈ ਜੀ। ਇਹ ਆਪਣੇ ਕੋਲ ਕੋਡ ਹੈ ਐਗਜ਼ੀਕਿਊਸ਼ਨ ਦੇ ਲਈ, ਕੋਈ ਵੀ ਕੋਡ ਤੁਸੀਂ ਲਗਾ ਸਕਦੇ ਹੋ। ਇਸ ਦਾ ਫਲੋ ਚਾਰਟ ਕਰਦੇ ਹਾਂ। ਹਾਂਜੀ, ਇੱਥੇ ਦੇਖੋ ਇਨੀਸ਼ੀਅਲਾਈਜੇਸ਼ਨ, ਮੈਂ ਤਾਂ ਦੱਸਿਆ ਵੀ ਜਦੋਂ ਆਪਾਂ ਕੋਈ ਵੈਲਿਊ ਦੇ ਦਾਂਗੇ ਵੇਰੀਏਬਲ ਨੂੰ, ਉਹ ਇਨੀਸ਼ੀਅਲਾਈਜ਼ ਹੋ ਜਾਂਦਾ, ਠੀਕ ਹੈ। ਫਿਰ ਇਸ ਤੋਂ ਬਾਅਦ ਕੰਡੀਸ਼ਨ ਚੈੱਕ ਹੁੰਦੀ ਹੈ, ਅਗਰ ਕੰਡੀਸ਼ਨ ਟਰੂ ਹੈ ਤਾਂ ਸਟੇਟਮੈਂਟ ਜਿਹੜੀ ਹੈਗੀ ਹੈ ਸਟੇਟਮੈਂਟ ਪਾਰਟ ਦੇ ਵਿੱਚ ਆਉਂਦਾ ਹੈ, ਅਗਰ ਕੰਡੀਸ਼ਨ ਫਾਲਸ ਹੈ ਤਾਂ ਉਹ ਕੀ ਕਰੇਗਾ, ਐਗਜ਼ਿਟ ਕਰ ਜਾਏਗਾ, ਠੀਕ ਹੈ ਜੀ। ਕਲੀਅਰ ਹੈ ਸਾਰਿਆਂ ਨੂੰ? ਨੈਕਸਟ ਬੇਟਾ, ਇਹਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ, ਤਾਂ ਇਸ ਦੇ ਵਿੱਚ ਮੈਂ ਕੀ ਕੀਤਾ ਹੈ ਤੁਸੀਂ ਦੇਖੋ, ਕੰਟਰੋਲ ਸੀ, ਆਪਾਂ ਪ੍ਰੋਗਰਾਮ ਰਨ ਕਰਾਂਗੇ ਬੇਟਾ। ਹਾਂਜੀ, ਦੇਖੋ ਆਈ ਦੀ ਵੈਲਿਊ 1 ਤੋਂ ਸਟਾਰਟ ਹੋਈ ਹੈ, ਕਿੱਥੋਂ ਇਕੁਅਲ ਟੂ 10 ਤੱਕ ਜਾਵੇ, ਆਈ ਪਹਿਲਾਂ 1 ਹੋਏਗਾ, ਫਿਰ 2, ਫਿਰ 3, ਫਿਰ 4, 5। ਤਾਂ ਇੱਥੇ ਆਪਾਂ ਚੈੱਕ ਕੀਤਾ ਆਈ ਦੀ ਵੈਲਿਊ ਹੀ ਪ੍ਰਿੰਟ ਹੋਵੇ, ਤਾਂ ਆਪਣੇ ਕੋਲ ਆਈ 1 2 3 4 5 6 7 8 9 10 ਜਾ ਰਹੇ ਬੇਟਾ, 10 ਤੱਕ ਆਈ ਦੀ ਵੈਲਿਊ ਪ੍ਰਿੰਟ ਹੋਣੀ ਚਾਹੀਦੀ ਹੈ, ਠੀਕ ਹੈ। ਆਪਾਂ ਇਸ ਨੂੰ ਚੈੱਕ ਕਰਦੇ ਹਾਂ, ਗਗਨ 25 ਡੋਟ ਜਾਵਾ।
सेट कर दिए बेटा। आप अपने पास पे चले गए हैं। फाइल का नेम है gagan25.java। हाँ जी लो, यदि क्लास फाइल बन गई होगी बेटा उधर, जो आप कंपाइल कर चुके हैं। देखो इसने वैल्यू प्रिंट कराती है 10 तक, ठीक है, 1 2 3 4 5 6 7 8 9 10। अगर आप ये वैल्यूज नहीं प्रिंट करानी है, तुम चाहते हो भी अपनी 10 टाइम जो है हेलो गगन प्रिंट हो गई, ठीक है जी, या तुम कह सकते हो हेलो गगन वेलकम टू माई चैनल, वेलकम टू माई चैनल गगन मान सही है। लो जी आप इसमें दोबारा एग्जीक्यूट करके देखते हैं। कंपाइल किया प्रोग्राम, नाउ रन इट, ठीक है जी। देखो हेलो गगन वेलकम टू माई चैनल 10 टाइम जो है प्रिंट हो चुके हैं मेरा, ठीक है जी। तो सारा में क्लियर हो गया होएगा, ये सिंपल है मेरा बेटा फॉर लूप। अगे चलते हैं। हाँ जी ये मैं आउटपुट लगा देती है बेटा नाल। हूँ अपन नेस्टेड फॉर लूप की गल करते हैं बेटा। नेस्टेड का मतलब की है, लूप के अंदर लूप, ठीक है जी। नेस्टेड का मतलब की होंगे लूप के अंदर तुम होर लूप ला रहे हो। देखो एक आप दो वेरीएबल्स लवेंगे, एक एक आई के लिए चलावे लूप, एक जे के लिए चलावे, ठीक है जी। उन्होंने चेक करते हैं। हाँ जी कह रहे हैं वो द फॉर लूप इनसाइड द अनदर लूप, ठीक है जी। लूप के अंदर लूप लगा रहे हैं, तो इसको चेक करते हैं बेटा। हम इसकी वर्किंग थोड़ी समझांगे कि काम किवें करेगा। हाँ जी एक गल ध्यान ना सुनो बेटा, जिहड़े बच्चे इंटरनेट तो प्रोग्रामिंग उठाते हैं, तो तुम्हें देखा होगा क्लास के अगे हमेशा पब्लिक लग्या होंगे, ठीक है बेटा। जरूरी नहीं है लाना, ये उदों लगता है जो मान लो एक प्रोजेक्ट के मल्टीपल फाइल्स लेने हो, ठीक है जी। एक फाइल आप दूसरी फाइल में शो करना चाहते हैं तो सूँ पब्लिक करनी पेगी, ठीक है, क्लास पब्लिक करनी पेगी, क्योंकि मल्टीपल क्लास होनगियाँ, ठीक है, डिफरेंट डिफरेंट फाइल्स होनगियाँ, उदो असी पब्लिक करांगे। अदरवाइज पब्लिक सिंगल प्रोग्राम के पब्लिक करने की जरूरत नहीं है, ठीक है जी। हाँ जी देखो मैं इतने की किया, लूप स्टार्ट किया, ये सिंपल लूप है बेटा, एल वैल्यू 1 तो लैके 3 तक जा रही है, ठीक है जी, तो इंक्रीमेंट हो रहा है। बट इतने स्टेटमेंट देने की थान ये अंदर एक होर लूप लगाता, जे की वैल्यू 1 तो लैके जे की वैल्यू 3 तक जाए। यदा मतलब की है कि आई जो 1 होएगा, इतने i1 है, ठीक है, कंडीशन चेक हुई 3 तक जाएगा, तो स्टेटमेंट इतने स्टेटमेंट प्रिंट होनी थी, बट हूँ की रखेगा जे की वैल्यू, तो जे की वैल्यू पहली बार 1 प्रिंट कराएगा, कितों तक जानी चाहिए है 3 तक। आई की वैल्यू 1 है, जे की 1 होएगी, फिर i1 के लिए जे की 2 होएगी, फिर i1 के लिए जे की वैल्यू 3 होएगी। इस तो बाद अपना इंक्रीमेंट ऑपरेटर जाएगा, ठीक है जी। आई की वैल्यू 2 हो जाएगी, फिर 2 आई के लिए 2, जे के लिए 1, आई के लिए 2, जे के लिए 2, आई के लिए 2, जे के लिए 3, ठीक है जी। थर्ड टाइम फिर इंक्रीमेंट ऑपरेटर अपना जा रहे हैं, तो जे आई की वैल्यू 3 हो जाएगी, 3 आई की वैल्यू 3, जे की वैल्यू 1, आई की वैल्यू 3, जे की वैल्यू 2, क्योंकि इंक्रीमेंट जे का भी हो रहा है, ठीक है। आई की वैल्यू फिर 3 होएगी, तो जे की वैल्यू फिर 3 हो जाएगी। तो इदा की स्टेटमेंट अपन प्रिंट होनी चाहिए, क्योंकि आप आई तो जे की वैल्यू मंगी है, ठीक है जी। तो हूँ आप चेक करते हैं इस प्रोग्राम में, Gagan26 के नाम से सेव है। sys.java, yes, java c, Gagan26.java, now
इंटरप्रेट दिस प्रोग्राम 2126। देखो आई दी वैल्यू मेरी पहला वन दे ली, आई तीन बार मेरा वन है, क्यों जी? क्योंकि आई दी वैल्यू जी हैगी है लैस दैन थ्री होनी चाहिए, तीन बार चल रहा है। फिर इस तो बाद वो दे ली जे की वैल्यू प्रिंट हो रही है, फिर आई की वैल्यू टू होगी वो भी थ्री टाइम जी चलेगी, क्योंकि अपने आप देखनी है बेटा जो आई की वैल्यू टू हुई ठीक है तो जे की वैल्यू कितने तक जा रही है, ये कंडीशन नाल चैक हो रही है। इस करके जो वन सी तीन बार ए होया, जो फिर टू वैल्यू हुई फिर वन टू थ्री प्रिंट होया, फिर थ्री आई तो फिर वन टू थ्री प्रिंट होया ठीक है जी। क्योंकि दो लूप है, जोड़ा जे लूप है वो लूप आई की तरह आई तो ही कम कर रहा है, इस करके ये चीज़ा ध्यान च रखनी है। हाँ जी तो हम अगे चलते हैं बेटा, ये मैं वो आउटपुट लगा दी है तुम चैक कर लियो। हाँ जी हूँ मैं थोड़े लिए बेटा एक असाइनमेंट है, असाइनमेंट अज के टॉपिक की है कि थोड़े को एक पिरामिड है ठीक है जी। आप पिरामिड दिती है, मैं दो तरह की पिरामिड दिती है, तुम इसका प्रोग्राम करना है। ध्यान चैक करो कि आई की वैल्यू जो इतने वन है, जे की वैल्यू की जा रही है, आई की वैल्यू की जा रही है, इस तरीके इस पिरामिड को सॉल्व करना है भी ये किमें बनेगी। पहली असाइनमेंट ये है ठीक है जी। दूसरी असाइनमेंट मेरी हैगी है उल्ट, पहला तो है वैल्यू जी सिक्स आए, फिर फाइव, फिर फोर, फिर थ्री, फिर टू, वन, इस तरह करके दोनों प्रोग्राम बेटा मैंने सॉल्व करके तुम एक असाइनमेंट भेजनी है। नैक्सट जोड़ा है बेटा जावा के खास कर आप पी एच पी करते हैं फॉरिच लूप, तो जावा के भी जो फॉरिच लूप यूज किया जाता है, इसमें थोड़ा जहा कॉन्सैप्ट ध्यान न समझो ठीक है जी। ये की होंगे देखा जाए तो जोड़ा है अपना फॉर ईच लूप है वो की है एरे को ट्रावर्स करने यूज किया जाता है, तो अपने को एरे तो होना चाहिए ना। एरे की है बेटा, एरे इज ए कलैक्शन ऑफ होमोजीनियस एलीमेंट्स ठीक है। आप मल्टीपल एलीमेंट्स जो है एरे लै सकते हैं, बट होमोजीनियस मतलब इको टाइप के होने चाहिए है ठीक है जी। तो हम वो देखते हैं, पहला एरे बनाना पड़ेगा, एरे को आप करा फिर उसनों किसी वेरीएबल को असाइन कर देंगे फॉर ईच लूप के अंदर ठीक है जी। तो ये सिंटैक्स की है बेटा, देखो एरे है, एरे को आप करा किसी वेरीएबल को असाइन कर देने तो आदा कोड है एग्जीक्यूशन के लिए सिंटैक्स है। तो हूँ इनू आप प्रोग्राम में करते हैं बेटा, ध्यान नाल देखियो। हाँ जी 27। हूँ ये ध्यान नाल देखो मेन फंक्शन है ये, मैं एक एरे बनाया बेटा, एरे की मेरी टाइप जिहड़ा हैगी है इंटीजर है, एरे का नाम कुछ मर्जी लो बेटा, यूजर डिफाइंड है जो मर्जी लो थोड़े सब सब नाम चलेंगे ये ठीक है। मान लो मैं एक गगन नाम का एरे ले रहा ठीक है जी, इस दे विच मैं कुछ वैल्यूज पा दी 16, 29, 45, 88, 98। तो हूँ जिहड़ा ये एरे सी गगन नाम का ठीक है जी, वो आप असाइन कराता एक वेरीएबल नूं, वो वेरीएबल की वह नाम की वह भी इंटीजर है, फॉर लूप में देता, फॉर लूप के अंदर है अपना ठीक है, उसके अंदर मैं किया आई की जी वैल्यू मेरे को प्रिंट हो गई। हूँ आई की वैल्यू की है, इतने आई दे विच की पै रहा है बेटा गगन नाम का एरे, और एरे दे विच की वैल्यूज है 16, 29, 45, 88, 98, तो यह है वैल्यूज अपन प्रिंट होनी चाहिए ठीक है। लेट अस चैक इट। हाँ जी इसमें आप चैक करते हैं, लेट अस चैक इट, गगन 27.java yes java c gagan 27.java java gagan 27। देखो बेटा 16, 29, 45, 88, 98 साढ़े को एरे जो है वो आ चुके हैं ठीक है।
ਤਾਂ ਖਾਸ ਧਿਆਨ ਰੱਖਣਾ ਹੈ ਫੋਰ ਈਚ ਲੂਪ ਦੇ ਲਈ ਸਿੰਪਲ ਐਰੇ ਬਣਾਉਣਾ ਹੈ। ਐਰੇ ਦੀ ਜਿਹੜੀ ਵੈਲਿਊ ਹੋਏਗੀ ਉਸਨੂੰ ਕਿਸੇ ਵੇਰੀਏਬਲ ਨੂੰ ਸਾਈਨ ਕਰਾ ਦਿਓ, ਵੇਰੀਏਬਲ ਦੀ ਵੈਲਿਊ ਪ੍ਰਿੰਟ ਕਰਾ ਦਿਓ। ਬਹੁਤ ਈਜ਼ੀ ਹੈ ਬੇਟਾ, ਕੋਈ ਟਿਪੀਕਲ ਨਹੀਂ ਹੈਗਾ ਇਹ, ਠੀਕ ਹੈ। ਹਾਂਜੀ ਨੈਕਸਟ ਬੇਟਾ, ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਹੈ ਆ ਰਿਹਾ ਲੇਬਲਡ ਫੋਰ ਲੂਪ। ਧਿਆਨ ਨਾਲ ਦੇਖਿਓ, ਇਹ ਫੋਰ ਲੂਪ ਹੈ ਬਟ ਲੇਬਲਡ ਹੈ, ਠੀਕ ਹੈ। ਤਾਂ ਮਤਲਬ ਕੀ ਹੈ ਕਿ ਜਿਹੜੇ ਵੀ ਤੁਸੀਂ ਲੂਪ ਲਾਓਗੇ ਉਹਨਾਂ ਨੂੰ ਇੱਕ ਲੇਬਲ ਦੇ ਦਿਓ ਬੇਟਾ। ਲੇਬਲ ਦਾ ਨਾਮ ਜੋ ਮਰਜ਼ੀ ਲੈ ਲਓ, ਠੀਕ ਹੈ। ਯੂਜ਼ਰ ਨੇਮ ਜਿਹੜਾ ਇਹ ਸੋਰੀ ਇਹ ਹੈ ਯੂਜ਼ਰ ਡਿਫਾਈਂਡ ਹੈ, ਲੇਬਲ ਦਾ ਨੇਮ ਹੈ ਜਿਹੜਾ ਲੇਬਲ ਲਾਓਗੇ। ਲੇਬਲ ਦਾ ਮਤਲਬ ਕੀ ਹੁੰਦਾ, ਇੱਕ ਟੈਗ ਲਗਾਉਣਾ, ਕੋਈ ਵੀ ਲੇਬਲ ਲਗਾ ਸਕਦੇ ਹੋ ਤੁਸੀਂ, ਠੀਕ ਹੈ, ਉਹਨੂੰ ਹਾਈਲਾਈਟ ਕਰਨ ਦੇ ਲਈ। ਤਾਂ ਹੁਣ ਧਿਆਨ ਨਾਲ ਦੇਖੋ, ਇੱਥੇ ਮੈਂ ਇੱਕ ਫੋਰ ਲੂਪ ਲਗਾਂਗੀ। ਸਿੰਟੈਕਸ ਕੀ ਹੈ ਬੇਟਾ, ਲੇਬਲ ਨੇਮ, ਲੇਬਲ ਨੇਮ ਜੋ ਮਰਜ਼ੀ ਦੇ ਸਕਦੇ ਹੋ, ਠੀਕ ਹੈ। ਇੱਥੇ ਸਿੰਪਲ ਉਹੀ ਪਹਿਲਾਂ ਵਾਲਾ ਮੈਂ ਸਿੰਪਲ ਜਿਵੇਂ ਆਪਾਂ ਕੀਤਾ ਸੀਗਾ ਐਰੇ ਲੂਪ ਕੀਤਾ ਸੀਗਾ, ਇਨੀਸ਼ੀਅਲਾਈਜੇਸ਼ਨ, ਕੰਡੀਸ਼ਨ, ਕੰਡੀਸ਼ਨਸ ਦੀ ਇੰਕਰੀਮੈਂਟ ਡਿਕਰੀਮੈਂਟ ਤੇ ਉਹਦੀ ਸਟੇਟਮੈਂਟ ਐਗਜ਼ੀਕਿਊਸ਼ਨ ਦਾ ਪਾਰਟ, ਇਹ ਸਾਰਾ ਸੇਮ ਹੈ ਬਟ ਸਿਰਫ ਕੀ ਇੱਕ ਲੇਬਲ ਅਸਾਈਨ ਕਰਨਾ। ਤਾਂ ਹੁਣ ਆਪਾਂ ਲੇਬਲ ਅਸਾਈਨ ਕਰਕੇ ਦੇਖਦੇ ਹਾਂ। ਹਾਂਜੀ ਹੁਣ ਦੇਖੋ ਮੈਂ ਕੀ ਕੀਤਾ ਬੇਟਾ, ਇੱਕ ਮੇਨ ਪ੍ਰੋਗਰਾਮ ਦੇ ਅੰਦਰ, ਠੀਕ ਹੈ ਜੀ, ਦੇਖੋ ਧਿਆਨ ਨਾਲ, ਆਹ ਮੇਰਾ ਫੋਰ ਲੂਪ ਹੈ, ਇਹਨੂੰ ਮੈਂ ਇੱਕ ਲੇਬਲ ਦਿੱਤਾ, ਕੀ ਦਿੱਤਾ ਉਹ ਏ ਏ, ਨਾਮ ਜੋ ਮਰਜ਼ੀ ਦੇ ਦਿਓ ਬੇਟਾ, ਠੀਕ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਤੁਸੀਂ ਕੋਈ ਮਰਜ਼ੀ ਨਾਮ ਦੇ ਸਕਦੇ ਹੋ। ਇੱਕ ਮੈਂ ਲੂਪ ਹੋਰ ਲਿਆ ਨੈਸਟਡ ਲੂਪ ਲਗਾਇਆ ਬੇਟਾ, ਇਹ 'ਚ ਖਾਸ ਧਿਆਨ ਰੱਖਣਾ, ਇਹ 'ਚ ਬ੍ਰੇਕ ਕੰਟੀਨਿਊ ਯੂਜ਼ ਹੁੰਦੇ ਆ, ਉਹ ਤੁਸੀਂ ਕਰ ਸਕਦੇ ਹੋ, ਮਤਲਬ ਤੁਹਾਡੀ ਇੱਛਾ ਦੇ ਅਨੁਸਾਰ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਤਾਂ ਇੱਕ ਲੇਬਲ, ਅਗਰ ਦੋ ਲੂਪ ਲਗਾ ਰਹੇ ਹੋ ਦੋ ਲੇਬਲਸ ਲੱਗਣਗੇ, ਤਿੰਨ ਲੂਪ ਲਗਾ ਰਹੇ ਹੋ ਤਿੰਨ ਲੇਬਲ ਲੱਗਣਗੇ, ਠੀਕ ਹੈ, ਲੇਬਲ ਹੀ ਲਗਾਉਣਾ ਹੈ ਆਪਾਂ। ਫਿਰ ਇਸ 'ਚ ਕੰਡੀਸ਼ਨ ਲੱਗੇਗੀ, ਅਗਰ ਮੇਰੀ ਵੈਲਿਊ ਆਈ ਦੀ ਵੈਲਿਊ, ਆਈ ਮੇਰੀ ਆ ਸੀਗੀ, ਆਈ ਦੀ ਵੈਲਿਊ ਜਦੋਂ ਵੀ 2 ਹੋ ਜੇ ਅਤੇ ਜੇ ਦੀ ਵੈਲਿਊ ਜਦੋਂ 2 ਹੋ ਜੇ, ਠੀਕ ਹੈ, ਤਾਂ ਮੇਰਾ ਜਿਹੜਾ ਲੂਪ ਹੈ ਬ੍ਰੇਕ ਕਰ ਜੇ। ਬ੍ਰੇਕ ਕਰ ਜੇਗਾ ਤਾਂ ਸਿਰਫ ਕੀ ਕਿੱਥੋਂ ਤੱਕ ਵੈਲਿਊ ਪ੍ਰਿੰਟ ਕਰਾਏਗਾ ਬੇਟਾ, ਧਿਆਨ ਨਾਲ ਦੇਖੋ, ਆਈ ਦੀ ਵੈਲਿਊ 1 ਹੈ, ਠੀਕ ਹੈ ਜੀ, ਜੇ ਦੀ ਵੈਲਿਊ 1 ਲਈ ਚੱਲੇਗਾ, ਆਈ ਦੀ ਵੈਲਿਊ 1 ਹੈ, ਜੇ ਦੀ ਵੈਲਿਊ 2 ਲਈ ਚੱਲੇਗਾ, ਆਈ ਵੈਲਿਊ 1 ਹੈ, ਜੇ ਦੀ ਵੈਲਿਊ 3 ਲਈ ਚੱਲੇਗਾ। ਨੈਕਸਟ ਆਈ ਦੀ ਵੈਲਿਊ ਇੰਕਰੀਮੈਂਟ ਹੋ ਕੇ 2 ਹੋ ਜਾਏਗੀ ਤਾਂ ਜੇ ਦੀ ਵੈਲਿਊ 1 ਦੇ ਲਈ ਚੱਲੇਗਾ, ਬਟ ਜਦੋਂ ਹੀ ਆਈ 2 ਤੇ ਜੇ 2 ਹੋ ਗਿਆ ਇਹਨੇ ਬ੍ਰੇਕ ਕਰ ਜਾਣਾ, ਇਸ ਤੋਂ ਬਾਅਦ ਦੀਆਂ ਵੈਲਿਊ ਪ੍ਰਿੰਟ ਨਹੀਂ ਕਰਾਏਗਾ। ਲੈਟ ਅਸ ਚੈੱਕ ਇਟ। ਹਾਂਜੀ ਦੇਖੋ ਇਹ ਆਈ ਦੀ ਵੈਲਿਊ 2 1 ਤੱਕ ਚੱਲਿਆ, ਜਦੋਂ 2 2 ਹੋਈ ਬੇਟਾ ਦੇਖੋ ਬ੍ਰੇਕ ਕਰ ਗਿਆ, ਇਸ ਤੋਂ ਬਾਅਦ ਇਹ ਵੈਲਿਊ ਪ੍ਰਿੰਟ ਨਹੀਂ ਕਰਵਾਈਆਂ। ਮੰਨ ਲਓ ਤੁਸੀਂ ਵੈਲਿਊ ਪ੍ਰਿੰਟ ਕਰਾਉਣਾ ਚਾਹੁੰਦੇ ਹੋ ਤਾਂ ਇਹਨੂੰ ਆਪਾਂ ਕੰਟੀਨਿਊ ਕਰ ਦਿੰਦੇ ਹਾਂ, ਕੰਟੀਨਿਊ। ਧਿਆਨ ਨਾਲ ਦੇਖੋ ਮੈਂ ਕੰਟੀਨਿਊ ਕਿਹਨੂੰ ਕੀਤਾ, ਏ ਏ ਨੂੰ, ਏ ਏ ਲੇਬਲ ਕਿਹਦਾ ਮੇਰਾ, ਆਈ ਦੀਆਂ ਵੈਲਿਊਸ, ਤਾਂ ਸਿਰਫ ਆਈ ਦੀਆਂ ਵੈਲਿਊ ਕੰਟੀਨਿਊ ਕਰੇਗਾ, ਠੀਕ ਹੈ। ਦੇਖੋ ਧਿਆਨ ਨਾਲ ਇੱਥੇ ਜਿਹੜਾ ਹੈਗਾ ਕੰਡੀਸ਼ਨ ਲਗਾਤੀ ਹੈ ਆਈ ਇਜ਼ ਇਕੁਅਲ ਟੂ 2 ਐਂਡ ਜੇ ਇਜ਼ ਇਕੁਅਲ ਟੂ 2, ਠੀਕ ਹੈ ਜੀ। ਇਹ ਤੋਂ ਬਾਅਦ ਕੰਟੀਨਿਊ ਕਰਤਾ ਏ ਏ, ਤਾਂ ਮੇਰਾ ਹੋਣਾ ਕੀ ਚਾਹੀਦਾ, ਜਦੋਂ ਹੀ ਵੈਲਿਊ ਮੇਰੀ ਆਈ ਦੀ ਵੈਲਿਊ 2 ਤੇ ਜੇ ਦੀ ਵੈਲਿਊ 2 ਆਏਗੀ, ਇਹਨੂੰ ਸਕਿਪ ਕਰਕੇ ਫਿਰ ਇੰਕਰੀਮੈਂਟ ਸਿੱਧਾ ਆਈ 3 ਤੇ ਚਲਾ ਜਾਊਗਾ, ਠੀਕ ਹੈ ਜੀ। ਆਓ ਇਹਨੂੰ ਚੈੱਕ ਕਰਦੇ ਹਾਂ, ਇਸ ਨੂੰ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਹੀ ਚੈੱਕ ਕਰ ਲੈਂਦੇ ਹਾਂ। ਸੇਵ ਕੀਤਾ ਬੇਟਾ, ਠੀਕ ਹੈ ਜੀ। ਹੁਣ ਆਪਾਂ ਇਸ ਨੂੰ ਦੁਬਾਰਾ ਕੰਪਾਈਲ ਕਰਦੇ ਹਾਂ, ਰਨ ਕਰਦੇ ਹਾਂ, ਤਾਂ ਚੈੱਕ ਕਰੋ ਦੇਖੋ ਆਈ ਦੀ ਵੈਲਿਊ 1 1 1 2 1 3 ਇਹ ਸਾਰਾ ਪ੍ਰਿੰਟ ਹੋ ਰਿਹਾ, 2 1 ਵੀ ਪ੍ਰਿੰਟ ਹੋ ਰਿਹਾ। ਜਦੋਂ ਹੀ 2 ਤੇ 2 ਆਈ ਉਹਨੇ ਕੀ ਕਰਨਾ, ਕੰਟੀਨਿਊ ਕਰਨਾ ਆਈ ਏ ਏ ਵਾਲੇ ਪਾਰਟ ਨੂੰ,
ਤਾਂ ਉਹਨੇ ਦੇਖੋ ਇੱਥੋਂ ਸਕਿੱਪ ਕਰਤਾ, ਇਸ ਤੋਂ ਬਾਅਦ ਸਿੱਧਾ ਕੰਟੀਨਿਊ ਕੀਤਾ, ਆਈ ਦੀ ਵੈਲਿਊ ਕਿੰਨੀ ਹੋ ਗਈ 3, ਤਾਂ 3 ਦੇ ਲਈ 1 2 3 ਪ੍ਰਿੰਟ ਹੋ ਰਿਹਾ ਹੈ। ਠੀਕ ਹੈ, ਬਿਲਕੁਲ ਸਹੀ ਹੈ ਜੀ, ਤਾਂ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਬੇਟਾ। ਇਹ ਆਪਣਾ ਹੈਗਾ ਸੀਗਾ ਫੋਰ ਈਚ ਲੂਪ ਵਿਦ ਕੀ ਹੋਏਗਾ ਲੇਬਲਡ। ਠੀਕ ਹੈ ਜੀ, ਇਹ ਲੇਬਲ ਫੋਰ ਲੂਪ ਹੈ ਲੇਬਲ ਦੇ ਨਾਲ। ਹੁਣ ਆਪਣਾ ਹੈ ਬੇਟਾ ਇਨਫਾਈਨਾਈਟ ਲੂਪ, ਇਹ ਵੀ ਇੱਕ ਫੋਰ ਲੂਪ ਦੀ ਟਾਈਪ ਹੈ। ਇਨਫਾਈਨਾਈਟ ਦੇ ਵਿੱਚ ਹੁੰਦਾ ਹੈ ਮਤਲਬ ਜਿਹਦੀ ਵੈਲਿਊ ਆਪਾਂ ਐਂਡ ਵੈਲਿਊ ਫਾਈਨਲਾਈਜ਼ ਨਾ ਕੀਤੀ ਹੋਵੇ, ਮਤਲਬ ਇਨਫਾਈਨਾਈਟ ਆਪਣੇ ਆਪ ਹੀ ਚੱਲੀ ਜਾਏਗਾ, ਉਹ ਰੁਕੇਗਾ ਹੀ ਨਹੀਂ। ਠੀਕ ਹੈ ਜੀ, ਤਾਂ ਉਹਦੇ ਲਈ ਕੀ ਹੈ, ਤੁਸੀਂ ਕੁਝ ਵੀ ਕੋਈ ਕੰਡੀਸ਼ਨ ਨਹੀਂ ਦੇਣੀ ਜਦੋਂ ਆਪਾਂ ਕੋਈ ਕੰਡੀਸ਼ਨ ਪਾਸ ਹੀ ਨਹੀਂ ਕਰਦੇ ਬੇਟਾ। ਠੀਕ ਹੈ, ਤਾਂ ਉਹਨੇ ਕੀ ਹੈ ਇਨਫਿਨਿਟੀ ਟਾਈਮ ਜਿਹੜਾ ਉਹ ਆਪਣੇ ਆਪ ਇੱਕ ਵਾਰ ਸਟਾਰਟ ਹੋਏਗਾ, ਇਹ ਉਹਦਾ ਸਿੰਟੈਕਸ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਉਹ ਬੰਦ ਨਹੀਂ ਹੋਏਗਾ। ਧਿਆਨ ਨਾਲ ਦੇਖੋ, ਮੈਂ ਐਕਸਪਲੋਰਰ ਨੂੰ ਰਨ ਕਰਕੇ ਦਿਖਾ ਰਹੀ ਹਾਂ। ਹਾਂਜੀ ਦੇਖੋ, ਇਸ ਦੇ ਵਿੱਚ ਮੈਂ ਕੀ ਕੀਤਾ, ਫੋਰ ਲੂਪ ਲਗਾਇਆ। ਦੇਖੋ ਇਨੀਸ਼ੀਅਲਾਈਜੇਸ਼ਨ ਪਾਰਟ ਬਲੈਂਕ ਕਰਤਾ, ਠੀਕ ਹੈ, ਕੁਛ ਨਹੀਂ ਦਿੱਤਾ, ਤਾਂ ਸਟੇਟਮੈਂਟ ਦੇਤੀ ਹੈ ਬੇਟਾ ਵੀ। ਸਟੇਟਮੈਂਟ ਦੇ ਵਿੱਚ ਆਪਾਂ ਕੀ ਦਿੱਤਾ, ਕੁਛ ਵੀ ਲਿਖ ਸਕਦੇ ਹੋ ਇੱਥੇ ਤੁਸੀਂ। ਇਹ ਕੀ ਹੈ, ਸਟ੍ਰਿੰਗ ਹੈ, ਸਟ੍ਰਿੰਗ ਐਜ਼ ਇਟ ਇਜ਼ ਤੁਹਾਨੂੰ ਡਿਸਪਲੇ ਹੋਏਗੀ, ਜੋ ਮਰਜ਼ੀ ਲਿਖੋ। ਇਸ ਨੂੰ ਆਪਾਂ ਰਨ ਕਰਕੇ ਦੇਖਦੇ ਹਾਂ ਬੇਟਾ। ਸੋਰੀ, ਕੋਈ ਐਰਰ ਆ ਰਹੀ ਹੈ ਬੇਟਾ, ਧਿਆਨ ਨਾਲ ਦੇਖਦੇ ਹਾਂ। Govind29.java Govind29। ਦੇਖੋ ਇਹ ਮੇਰਾ, ਤੁਸੀਂ ਚੈੱਕ ਕਰ ਰਹੇ ਹੋਗੇ ਵਿੰਡੋ, ਮਲਟੀਪਲ ਟਾਈਮ ਜਿਹੜਾ ਐਗਜੀਕਿਊਟ ਹੋ ਰਿਹਾ ਇਨਫਾਈਨਾਈਟ ਵੈਲਿਊ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਐਂਡ ਵੈਲਿਊ ਆਪਾਂ ਦਿੱਤੀ ਨਹੀਂ ਹੈ, ਉਹਨੇ ਰੁਕਣਾ ਨਹੀਂ ਹੈ। ਇਹਨੂੰ ਰੋਕਣਾ ਚਾਹੁੰਦੇ ਹੋ ਤੁਸੀਂ, ਕੀ ਕਰਨਾ ਹੈ, ਸਿੰਪਲ Ctrl+C। ਠੀਕ ਹੈ ਜੀ, ਇਹ ਤੁਸੀਂ ਆਪਣਾ ਬੈਕ ਕੰਟਰੋਲ 'ਤੇ ਆ ਗਏ ਹੋ, ਤਾਂ ਇਹ ਵੈਲਿਊ ਜਿਹੜੀ ਹੈਗੀ ਪ੍ਰੈਸ ਕਰ ਦੇਣੀ ਹੈ। ਅੱਜ ਦੇ ਲਈ ਇੰਨਾ ਹੀ ਬੇਟਾ। ਠੀਕ ਹੈ, ਇਸ ਤੋਂ ਬਾਅਦ ਮੈਂ ਵਾਈਲ ਲੂਪ ਦੇ ਨਾਲ ਸਟਾਰਟ ਕਰਾਂਗੀ ਕੱਲ੍ਹ। ਠੀਕ ਹੈ ਜੀ, ਕੱਲ੍ਹ ਤੁਸੀਂ ਮੇਰੀ ਇਹ ਵਾਲੀ ਵੀਡੀਓ ਦੇਖੋਗੇ, ਇਸ ਤੋਂ ਬਾਅਦ ਨੈਕਸਟ ਡੇ ਮੈਂ ਤੁਹਾਨੂੰ ਵਾਈਲ ਲੂਪ ਦੇ ਨਾਲ ਸਟਾਰਟ ਕਰਾਵਾਂਗੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਗਾ ਸਾਰਿਆਂ ਨੂੰ। ਠੀਕ ਹੈ ਜੀ, ਤਾਂ ਇਸ ਤੋਂ ਬੇਟਾ ਧਿਆਨ ਨਾਲ ਇਸ ਨੂੰ ਤੁਸੀਂ ਚੈੱਕ ਕਰਨਾ, ਅਗਰ ਕੋਈ ਐਰਰ ਆ ਰਹੀ ਹੈ ਤੁਹਾਨੂੰ ਜਾਂ ਨਹੀਂ ਸਮਝ ਆ ਰਿਹਾ ਮੇਰੇ ਨਾਲ ਗੱਲ ਕਰਨੀ ਹੈ, ਅਤੇ ਅੱਜ ਦੀ ਅਸਾਈਨਮੈਂਟ ਦੇ 2 ਕੁਐਸਚਨ ਹੈ, ਦੋਨੋਂ ਪੈਰਾਮੀਟਰ ਬੇਟਾ ਹੈਗੇ ਜਿਹੜੇ ਤੁਸੀਂ ਪ੍ਰਿੰਟ ਕਰਾ ਕੇ ਮੈਨੂੰ ਸੈਂਡ ਕਰਨੀ ਹੈ। ਠੀਕ ਹੈ, ਤਾਂ ਹਾਂਜੀ ਬੇਟਾ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੇ ਵੀ ਬੱਚੇ ਇਸ ਚੈਨਲ ਨੂੰ ਦੇਖ ਰਹੇ ਹੈ ਵੀਡੀਓਜ਼ ਨੂੰ ਚੰਗੀ ਤਰ੍ਹਾਂ ਦੇਖੋ, ਬਹੁਤ ਹੀ ਈਜ਼ੀ ਤਰੀਕੇ ਨਾਲ ਤੁਹਾਨੂੰ ਜਿਹੜੀ ਹੈਗੀ ਜਾਵਾ ਪ੍ਰੋਗਰਾਮਿੰਗ ਇਹਦੇ ਵਿੱਚ ਕਰਵਾਈ ਜਾ ਰਹੀ ਹੈ। ਇਸ ਤੋਂ ਬਿਨਾਂ ਬੇਟਾ ਮੇਰਾ ਇਹ ਚੈਨਲ ਹੈ ਗਗਨ ਮਾਨਸ਼ਾਹੀ ਹੈ। ਠੀਕ ਹੈ, ਇਸ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓਜ਼ ਸਾਰੀਆਂ ਵਿਊ ਕਰੋ, ਤੁਹਾਡੇ ਕੰਮ ਦੀਆਂ ਚੀਜ਼ਾਂ ਬੇਟਾ, ਛੋਟੀਆਂ ਮੋਟੀਆਂ ਜਿਹੜੇ ਕੰਸੈਪਟਸ ਹੈ ਤੁਹਾਡੇ ਕਲੀਅਰ ਹੋ ਜਾਣਗੇ। ਠੀਕ ਹੈ ਜੀ, ਫਿਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਮੇਰੀ ਮੇਲ ਆਈਡੀ ਹੈ ਬੇਟਾ, ਤੁਸੀਂ ਇਸ 'ਤੇ ਮੈਨੂੰ ਮੇਲ ਕਰ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ ਗਾਇਜ਼, ਥੈਂਕ ਯੂ ਸੋ ਮੱਚ। ਇਸ ਤੋਂ ਬਾਅਦ ਅਸੀਂ ਸੈਕਿੰਡ ਪਾਰਟ ਦੇ ਨਾਲ ਸਟਾਰਟ ਕਰਾਂਗੇ ਬੇਟਾ ਵਾਈਲ ਲੂਪ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਸੋ ਮੱਚ।